ਕੈਨੇਡੀਅਨਸ ਨੂੰ ਹੁਣ ਸਰਕਾਰ ਵੱਲੋਂ ਵੱਡਾ ਫਾਇਦਾ ਮਿਲੇਗਾ। ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਸਿੱਧੀਆਂ ਪੇਮੈਂਟਸ ਵੀ ਆਉਣਗੀਆਂ। ਗੱਲ ਇਸ ਤਰ੍ਹਾਂ ਹੈ ਕਿ ਫੈਡਰਲ ਸਰਕਾਰ ਵੱਲੋਂ ਆਪਣੇ ਕਲਾਈਮੇਟ ਐਕਸ਼ਨ ਇੰਟੈਂਸਿਵ ਪ੍ਰੋਗਰਾਮ ਦੇ ਤਹਿਤ ਕੈਨੇਡੀਅਨਸ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੁਗਤਾਨ ਦੀ ਪਹਿਲੀ ਇੰਸਟਾਲਮੈਂਟ ਜਮ੍ਹਾਂ ਕਰਵਾ ਦਿੱਤੀ ਗਈ ਹੈ, ਪਰ ਇਹ ਸਿਰਫ ਐਲਬਰਟਾ, ਸਸਕੈਚੁਆਨ, ਮੈਨੀਟੋਬਾ ਅਤੇ ਓਨਟੈਰੀਓ ਰੈਜ਼ੀਡੈਂਟਸ ਨੂੰ ਭੇਜੀ ਗਈ ਹੈ। ਫੈਡਰਲ ਸਰਕਾਰ ਦੇ ਐਮਿਸ਼ਨਸ ਤੇ ਲੱਗਣ ਵਾਲੇ ਟੈਕਸ, ਜਿਸ ਵਿੱਚ ਗੈਸ ਅਤੇ ਡੀਜ਼ਲ ਦੀ ਵਰਤੋਂ ਨਾਲ ਹੋਈ ਐਮਿਸ਼ਨ ਵੀ ਸ਼ਾਮਲ ਹੈ, ਇਹਨਾਂ ਕਾਰਨ ਪਰਿਵਾਰਾਂ ਦੀ ਵਧੀ ਲਾਗਤ ਦੀ ਕੁਝ ਭਰਪਾਈ ਕਰਨ ਦੇ ਮਕਸਦ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜੋ ਸਰਕਾਰ ਵੱਲੋਂ ਭੁਗਤਾਨ ਕੀਤਾ ਜਾ ਰਿਹਾ ਉਹ ਸਿਰਫ ਉਹਨਾਂ ਸੂਬਿਆਂ ਦੇ ਨਿਵਾਸੀਆਂ ਲਈ ਉਪਲਬਧ ਹੈ ਜਿਨ੍ਹਾਂ ਸੂਬਿਆਂ ਵਿੱਚ ਨਵੇਂ ਫੈਡਰਲ ਮਿਆਰਾਂ ਦੇ ਮੈਚ ਦਾ ਪ੍ਰਾਈਸਿੰਗ ਸਿਸਟਮ ਨਹੀਂ ਹੈ। ਬਾਕੀ ਸਾਰੇ ਸੂਬਿਆਂ ਅਤੇ ਪ੍ਰੋਵਿੰਸਸ ਦੇ ਵਿੱਚ ਕਾਰਬਨ ਟੈਕਸ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਰੈਜ਼ੀਡੈਂਸ ਦੇ ਖਾਤਿਆਂ ਦੀ ਬਜਾਏ ਸੂਬਾ ਅਤੇ ਪ੍ਰਦੇਸ਼ ਸਰਕਾਰਾਂ ਕੋਲ ਵਾਪਸ ਜਾਂਦੀ ਹੈ। ਕਲਾਈਮੇਟ ਐਕਸ਼ਨ ਇੰਟੈਂਸਿਵ ਪੇਮੈਂਟ ਇਸ ਵਾਰ ਪਹਿਲੀ ਵਾਰ ਤਿਮਾਹੀ ਇੰਸਟਾਲਮੈਂਟਸ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਇਹ ਭੁਗਤਾਨ ਸਾਲ ਦੇ ਅੰਤ ਵਿੱਚ ਟੈਕਸ ਰਿਟਰਨਸ ਤੋਂ ਬਾਅਦ ਪ੍ਰਾਪਤ ਹੁੰਦਾ ਸੀ। ਇਸ ਸਾਲ 4 ਜੀਆਂ ਦਾ ਪਰਿਵਾਰ ਦਰਜ ਐਲਬਰਟਾ ਦੇ ਵਿੱਚ $1,079, ਸਸਕੈਚੁਆਨ ਦੇ ਵਿੱਚ $1,101, ਮੈਨੀਟੋਬਾ ਵਿੱਚ $832, ਓਨਟੈਰੀਓ ਦੇ ਵਿੱਚ $745 ਦੀ ਰਾਸ਼ੀ ਪ੍ਰਾਪਤ ਕਰੇਗਾ। ਛੋਟੇ ਅਤੇ ਪੇਂਡੂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਉਕਤ ਰਾਸ਼ੀ ਤੋਂ ਵੱਖਰੀ 10% ਵਾਧੂ ਰਾਸ਼ੀ ਪ੍ਰਾਪਤ ਕਰਨਗੇ। ਸਰਕਾਰੀ ਵੈਬਸਾਈਟ 'ਤੇ ਭੁਗਤਾਨ ਦੀ ਤਫਸੀਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। 15 ਜੁਲਾਈ ਦਾ ਭੁਗਤਾਨ ਸਭ ਤੋਂ ਵੱਡਾ ਹੋਵੇਗਾ, ਕਿਉਂਕਿ ਇਸ ਵਿੱਚ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਅਤੇ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਤੱਕ ਦੀ ਰਾਸ਼ੀ ਸ਼ਾਮਲ ਹੈ। ਅਕਤੂਬਰ ਅਤੇ ਜਨਵਰੀ ਦੀਆਂ ਤਿਮਾਹੀਆਂ ਵਿੱਚ ਮਿਲਣ ਵਾਲੀਆਂ ਰਾਸ਼ੀਆਂ 15 ਜੁਲਾਈ ਦੇ ਭੁਗਤਾਨ ਦੇ ਮੁਕਾਬਲੇ ਅੱਧੀਆਂ ਹੋਣਗੀਆਂ। ਇਸ ਯੋਜਨਾ ਦਾ ਕੈਨੇਡੀਅਨਸ ਨੂੰ ਕਿੰਨੀ ਲਾਗਤ ਦਾ ਫਾਇਦਾ ਹੋ ਸਕਦਾ ਹੈ? ਹਾਲਾਂਕਿ ਕਾਰਬਨ ਟੈਕਸ ਦੀ ਅਸਲੀ ਲਾਗਤ ਸੰਬੰਧਿਤ ਇੱਕ ਵਿਅਕਤੀ ਦੇ ਫੋਸਿਲ ਫਿਊਲ ਦੀ ਵਰਤੋਂ ਤੇ ਨਿਰਭਰ ਕਰਦੀ ਹੈ, ਪਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਫੈਡਰਲ ਕਾਰਬਨ ਪ੍ਰਦੂਸ਼ਣ ਪ੍ਰੋਸੈਸਿੰਗ ਪ੍ਰਣਾਲੀ ਕਰਕੇ ਜ਼ਿਆਦਾਤਰ ਪਰਿਵਾਰਾਂ ਨੂੰ ਉਹਨਾਂ ਦੇ ਖਰਚੇ ਨਾਲੋਂ ਵੱਧ ਰਾਸ਼ੀ ਪ੍ਰਾਪਤ ਹੋਵੇਗੀ। $50 ਪ੍ਰਤੀ ਟਨ ਦੀ ਨਿਕਾਸੀ ਦੀ ਨਵੀਂ ਦਰ ਨਾਲ ਮੌਜੂਦਾ ਕਾਰਬਨ ਟੈਕਸ ਦਰ ਤੇ ਗੈਸੋਲੀਨ ਤੇ 2.21 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਤੇ 2.68 ਸੈਂਟ ਪ੍ਰਤੀ ਲੀਟਰ ਦੀ ਵਾਧੂ ਲਾਗਤ ਆ ਰਹੀ ਹੈ। ਕੈਨੇਡਾ ਦੀ $2030 ਤੱਕ ਕਾਰਬਨ ਟੈਕਸ ਨੂੰ $170 ਪ੍ਰਤੀ ਟਨ ਤੱਕ ਵਧਾਉਣ ਦੀ ਯੋਜਨਾ ਹੈ। ਐਲਬਰਟਾ, ਸਸਕੈਚੁਆਨ ਅਤੇ ਓਨਟੈਰੀਓ ਦੇ ਫੈਡਰਲ ਕਾਰਬਨ ਟੈਕਸ ਨੂੰ ਅਸੰਵਿਧਾਨਕ ਆਖਦਿਆਂ ਇਸ ਖਿਲਾਫ ਮੁਕੱਦਮਾ ਵੀ ਦਾਇਰ ਕੀਤਾ ਗਿਆ ਸੀ। ਪਿਛਲੇ ਸਾਲ ਸੁਪਰੀਮ ਕੋਰਟ ਨੇ ਫੈਡਰਲ ਕਾਰਬਨ ਟੈਕਸ ਨੂੰ ਸੰਵਿਧਾਨਕ ਕਰਾਰ ਕਰ ਦਿੱਤਾ ਸੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।